ਕਾਦੀਆਂ ਵਿੱਚ ਟ੍ਰੈਫਿਕ ਦਾ ਮਾੜਾ ਹਾਲ। ਲੋਕਾਂ ਨੇ ਆਪ ਗੱਡੀਆਂ ਤੋਂ ਉਤਰ ਕੇ ਜਾਮ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਕਾਦੀਆਂ 'ਚ ਟ੍ਰੈਫਿਕ ਸਮੱਸਿਆ ਲੋਕਾਂ ਲਈ ਸਿਰਦਰਦ ਬਣੀ ਜਾ ਰਹੀ ਹੈ। ਟ੍ਰੈਫਿਕ 'ਚ ਫਸੇ ਲੋਕ ਆਪਣੇ ਕੰਮਾਂ 'ਤੇ ਜਾਣ ਲਈ ਕਾਫੀ ਘੰਟੇ ਤੋਂ ਲੇਟ ਹੋ ਜਾਂਦੇ ਹਨ। ਕਾਦੀਆਂ 'ਚ ਟ੍ਰੈਫਿਕ ਪੁਲਿਸ ਦਾ ਪ੍ਰਬੰਧ 'ਤੇ ਹੈ, ਪਰ ਸ਼ਾਮ 5 ਵਜੇ ਤੋਂ ਬਾਅਦ ਥਾਣੇ ਵਾਲੇ ਚੌਂਕ ਦਾ ਕੋਈ ਵੀ ਵਾਲੀ ਵਾਰਸ ਨਹੀਂ ਹੁੰਦਾ ਅਤੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਤੁਸੀਂ ਵੇਖ ਰਹੇ ਹੋ VHM ਨਿਊਜ਼ ਪੰਜਾਬ ਚੰਡੀਗੜ੍ਹ। ਦੇਖੋ।